ਆਮ ਆਦਮੀ ਪਾਰਟੀ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ 'ਤੇ ਬੁਰੀ ਤਰ੍ਹਾਂ ਫਸਦੀ ਨਜ਼ਰ ਆ ਰਹੀ ਹੈ। ਮੁਸੀਬਤ ਦਾ ਕਾਰਨ ਇਹ ਹੈ ਕਿ ਪੰਜਾਬ ਦਾ ਜਿਹੜਾ ਦਲਿਤ ਵੋਟਰ ਹੈ ਉਹ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਨਾਰਾਜ਼ ਦਿਖਾਈ ਦੇ ਰਿਹਾ ਅਤੇ ਉਹ ਬਿਲਕੁਲ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੇ ਮੂਡ ਵਿੱਚ ਨਹੀਂ ਹੈ। ਦਲਿਤ ਲੋਕਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਗਵੰਤ ਮਾਨ ਵੱਲੋਂ ਚਲਾਈਆਂ ਗਈਆਂ ਸਕੀਮਾਂ ਤੋਂ ਜਿਹੜਾ ਦਲਿਤ ਵਰਗ ਆ ਕਾਫੀ ਦੁਖੀ ਨਜ਼ਰ ਆ ਰਿਹਾ, ਕਿਉਂਕਿ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਸਕੀਮਾਂ ਰਾਹੀਂ ਗਰੀਬ ਲੋਕਾਂ ਦਾ ਭਲਾ ਕੀਤਾ ਜਾਵੇਗਾ, ਗਰੀਬਾਂ ਦਾ ਫਾਇਦਾ ਹੋਵੇਗਾ, ਪਰ ਦਲਿਤ ਕਹਿੰਦੇ ਹੋ ਉਲਟ ਰਿਹਾ। ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਕਣਕ ਦੀ ਥਾਂ ਜਿਹੜੀ ਡੀਪੂਆਂ ਰਾਹੀਂ ਗਰੀਬਾਂ ਨੂੰ ਆਟਾ ਦਿੱਤਾ ਜਾਵੇਗਾ, ਤਾਂ ਹੁਣ ਇਹ ਜਿਹੜੀ ਸਕੀਮ ਵੀ ਹੈ ਦਲਿਤ ਵਰਗ ਲਈ ਨਾਰਾਜ਼ਗੀ ਦਾ ਕਾਰਨ ਬਣਦੀ ਜਾ ਰਹੀ ਹੈ। ਦਲਿਤਾਂ ਦਾ ਕਹਿਣਾ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ 30 ਕਿਲੋ ਕਣਕ ਪ੍ਰਤੀ ਜੀ ਮਿਲਦੀ ਸੀ, ਪਰ ਹੁਣ ਉਹਨਾਂ ਨੂੰ ਇਹ ਘਟਾ ਕੇ 5 ਕਿਲੋ ਤੱਕ ਪ੍ਰਤੀ ਜੀ ਪਹੁੰਚ ਗਈ ਹੈ। 5 ਕਿਲੋ ਕਣਕ ਲੈਣ ਦੇ ਲਈ ਵੀ ਉਹਨਾਂ ਨੂੰ ਪਿੱਛੇ ਪਿੱਛੇ ਭੱਜਣਾ ਪੈ ਰਿਹਾ ਹੈ। ਸੋ ਜਿਹੜੀਆਂ ਸਕੀਮਾਂ ਦਲਿਤ ਵਰਗ ਦੇ ਲਈ ਨਾਰਾਜ਼ਗੀ ਦਾ ਕਾਰਨ ਬਣ ਰਹੀਆਂ ਨੇ। ਦੂਸਰਾ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਦਲਿਤ ਲੀਡਰ ਨੇ ਉਹਨਾਂ ਦੀ ਜਿਹੜੀ ਪੁੱਛ ਗਿੱਛ ਹੈ ਉਹ ਬਿਲਕੁਲ ਵੀ ਨਹੀਂ ਹੋ ਰਹੀ। ਜਿਸ ਤਰ੍ਹਾਂ ਅਕਾਲੀ ਅਤੇ ਕਾਂਗਰਸੀ ਪਾਰਟੀਆਂ ਵਿੱਚ ਦਲਿਤ ਲੀਡਰਾਂ ਨੂੰ ਜਿਹੜਾ ਨਕਾਰਿਆ ਜਾਂਦਾ ਸੀ, ਦਲਿਤ ਲੀਡਰਾਂ ਨੂੰ ਜ਼ਿਆਦਾ ਪੁੱਛ ਗਿੱਛ ਨਹੀਂ ਕੀਤੀ ਜਾਂਦੀ ਸੀ, ਉਸੇ ਤਰ੍ਹਾਂ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਹੋ ਰਿਹਾ, ਜਿਹੜੇ ਦਲਿਤ ਲੀਡਰ ਨੇ ਉਹਨਾਂ ਨੂੰ ਜਿਹੜੇ ਸ਼ਰਮਾਏਦਾਰ ਲੀਡਰ ਹੈ ਉਹ ਬਿਲਕੁਲ ਵੀ ਪੁੱਛ ਗਿੱਛ ਨਹੀਂ ਕਰਦੇ, ਉਹ ਆਪਣੀ ਮਰਜ਼ੀ ਚਲਾਉਂਦੇ ਨੇ। ਅਤੇ ਜੇ ਦੇਖ ਲਈਏ ਤਾਂ ਜਿਹੜੇ ਜਿੱਤੇ ਹੋਏ ਦਲਿਤ MLA ਨੇ, SCBC MLA, ਉਹ ਕਿਸੇ ਵੀ ਤਰ੍ਹਾਂ ਜਿਹੜਾ ਦਲਿਤਾਂ ਦਾ ਮੁੱਦਾ ਗਾ ਉਹ ਭਗਵੰਤ ਮਾਨ ਦੇ ਸਾਹਮਣੇ ਉਠਾਉਣ ਦੇ ਵਿੱਚ ਬਿਲਕੁਲ ਨਾਕਾਮਯਾਬ ਰਹੇ ਨੇ, ਅਤੇ ਉਹਨਾਂ ਨੇ ਦਲਿਤਾਂ ਦੇ ਲਈ ਅੱਗੇ ਹੋ ਕੇ ਕੋਈ ਵੀ ਜਿਹੜਾ ਦਲਿਤਾਂ ਦਾ ਮੁੱਦਾ ਨਹੀਂ ਉਠਾਇਆ ਜਿਸ ਤੋਂ ਦਲਿਤ ਵਰਗ ਖੁਸ਼ ਹੋ ਸਕੇ। ਬੇਸ਼ੱਕ ਮਾਨ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਹਜ਼ਾਰਾਂ ਨੌਕਰੀਆਂ ਦਿੱਤੀਆਂ, ਪਰ ਜਿਹੜਾ ਦਲਿਤ ਨੌਜਵਾਨ ਹੈ ਉਹ ਅੱਜ ਵੀ ਬੇਰੁਜ਼ਗਾਰੀ ਦੇ ਨਾਲ ਜੂਝ ਰਿਹਾ, ਇਸ ਕਰਕੇ ਵੀ ਜਿਹੜਾ ਦਲਿਤ ਨੌਜਵਾਨ ਹੈ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਦਾ ਨਜ਼ਰ ਨਹੀਂ ਆ ਰਿਹਾ। ਜਿਹੜੀ ਆਮ ਆਦਮੀ ਪਾਰਟੀ ਬਿਜਲੀ ਫਰੀ ਦੇਣ ਦਾ ਮੁੱਦਾ ਕਹਿੰਦੀ ਹੈ ਕਿ ਅਸੀਂ ਗਰੀਬਾਂ ਨੂੰ, ਮਜ਼ਦੂਰਾਂ ਨੂੰ, ਦਲਿਤਾਂ ਨੂੰ ਜਿਹੜੀ ਬਿਜਲੀ ਫਰੀ ਦਿੱਤੀ ਹੈ, ਇਹ ਮੁੱਦਾ ਜਿਹੜਾ ਜ਼ਿਆਦਾ ਅਸਰ ਮਜ਼ਦੂਰਾਂ 'ਤੇ ਨਹੀਂ ਪਾ ਰਹਿ ਸਕਿਆ, ਕਿਉਂਕਿ ਤੁਹਾਨੂੰ ਪਤਾ ਕਿ ਬਿਜਲੀ ਤਾਂ ਗਰੀਬਾਂ ਨੂੰ ਬਾਦਲ ਸਰਕਾਰ ਅਤੇ ਕਾਂਗਰਸ ਸਰਕਾਰ ਦੇ ਸਮੇਂ ਵੀ ਫਰੀ ਮਿਲਦੀ ਸੀ। ਦਲਿਤਾਂ ਦੇ ਕਾਰਡ ਕੱਟੇ ਜਾਣਾ ਵੀ ਦਲਿਤਾਂ ਦੀ ਨਾਰਾਜ਼ਗੀ ਦਾ ਇੱਕ ਵੱਡਾ ਕਾਰਨ ਬਣ ਰਿਹਾ ਹੈ। ਦਲਿਤਾਂ ਦੀ ਨਾਰਾਜ਼ਗੀ ਦੀ ਰਿਪੋਰਟ ਆ ਜਿਹੜੀ ਇਹ ਦਿੱਲੀ ਤੱਕ ਪਹੁੰਚ ਚੁੱਕੀ ਹੈ, ਅਤੇ ਪਾਰਟੀ ਦੇ ਕਨਵੀਨਰ ਕੇਜਰੀਵਾਲ ਨੇ ਇਸ ਨੂੰ ਦੂਰ ਕਰਨ ਲਈ ਭਗਵੰਤ ਮਾਨ ਨੂੰ ਹੁਕਮ ਵੀ ਦਿੱਤੇ ਸਨ, ਜਿਸ ਦੇ ਮੱਦੇਨਜ਼ਰ ਭਗਵੰਤ ਮਾਨ ਨੇ ਲੋਕਾਂ ਦੀ ਜਿਹੜੀ ਇੱਕ ਦਲਿਤ ਮਿਲਣੀ ਕੀਤੀ ਸੀ ਬਠਿੰਡਾ ਲੋਕ ਸਭਾ ਦੇ ਅੰਦਰ, ਜਿਹੜਾ ਇੱਕ ਦਲਿਤ ਪ੍ਰੋਗਰਾਮ ਕੀਤਾ ਸੀ, ਪਰ ਗੱਲ ਫਿਰ ਉਹੀ ਹੋਈ। ਦਲਿਤ ਮਿਲਣੀ ਵਿੱਚ ਵੀ ਘੜਮ ਚੌਧਰੀਆਂ ਨੇ ਦਲਿਤਾਂ ਨੂੰ ਇਸ ਤੋਂ ਦੂਰ ਰੱਖਿਆ, ਅਤੇ ਆਪ ਜਿਹੜੇ ਮੁੱਖ ਮੰਤਰੀ ਸੀ ਉਹ ਕਿੱਕਲੀ ਸੁਣਾ ਕੇ ਲੋਕਾਂ ਨੂੰ ਤੁਰਦੇ ਬਣੇ, ਅਤੇ ਦਲਿਤ ਵਰਕਰ ਮੂੰਹ ਵੱਲ ਦੇਖਦੇ ਰਹਿ ਗਏ, ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਵਾਲਾ ਉੱਥੇ ਕੋਈ ਨਜ਼ਰ ਨਾ ਆਇਆ। ਕੁੱਲ ਮਿਲਾ ਕੇ ਦੇਖੀਏ ਤਾਂ ਭਗਵੰਤ ਮਾਨ ਦਲਿਤਾਂ ਦੀ ਜਿਹੜੀ ਨਾਰਾਜ਼ਗੀ ਆ ਉਹ ਦੂਰ ਕਰਨ ਵਿੱਚ ਅਜੇ ਤੱਕ ਪੂਰੀ ਤਰ੍ਹਾਂ ਫੇਲ ਹੋਏ ਨੇ, ਅਤੇ ਆਮ ਆਦਮੀ ਪਾਰਟੀ ਪ੍ਰਤੀ ਜਿਹੜੀ ਦਲਿਤਾਂ ਦੀ ਇਹ ਨਾਰਾਜ਼ਗੀ ਦਾ ਅਸਰ ਹੈ, ਇਹ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਲਿਤਾਂ ਕਰਕੇ ਜਿੱਤੀ ਹੋਈ ਬਾਜ਼ੀ ਹਾਰ ਸਕਦੀ ਹੈ।